ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਅੱਜ ਫਿਰ ਡਿਪੂ ਹੋਲਡਰਾਂ ਵੱਲੋਂ ਕੀਤੀ ਗਈ ਮੀਟਿੰਗ। ਜਿੰਨਾ ਚਿਰ ਉਹਨਾਂ ਨਾਲ ਹੱਥੋਪਾਈ ਕਰਨ ਵਾਲੇ ਤੇ ਮਾਮਲਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਖੋਲਣਗੇ ਹੜਤਾਲ। ਦੱਸ ਦਈਏ ਕਿ ਪਿਛਲੇ ਦਿਨੀ ਅੰਮ੍ਰਿਤਪੁਰਾ ਬਸਤੀ ਵਿਖੇ ਇੱਕ ਡਿਪੂ ਹੋਲਡਰ ਦੇ ਨਾਲ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਹੱਥੋਪਾਈ ਕੀਤੀ ਗਈ ਜਿਸ ਨੂੰ ਲੈ ਕੇ ਡਿਪੂ ਹੋਲਡਰ ਹੜਤਾਲ ਤੇ ਚਲੇ ਗਏ ਸਨ ਅਤੇ ਹੁਣ ਉਹਨਾਂ ਨੇ ਅੱਜ ਇੱਕ ਮੀਟਿੰਗ ਕੀਤੀ ਚਿਲਡਰਨ ਪਾਰਕ ਵਿਖੇ ਤੇ ਉਹਨਾਂ ਬੋਲਦਿਆਂ ਕਿਹਾ ਕਿ ਜਿੰਨਾ ਚਿਰ ਉਸ ਵਿਅਕਤੀ ਦੇ ਉੱਤੇ ਮਾਮਲਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਸਾਡੀ ਲਗਾਤਾਰ ਹੜਤਾਲ ਜਾਰੀ ਰਹੇਗੀ। ਡਿਪੂ ਹੋਲਡਰ ਯੂਨੀਅਨ ਜ਼ਿੰਦਾਬਾਦ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਹਾਂਜੀ ਵੀਰ ਜੀ, ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਤੁਸੀਂ ਮੀਟਿੰਗ? ਮੇਰਾ ਨਾਮ ਸੰਤੋਖ ਸਿੰਘ ਹੈ ਜੀ, ਜਨਰਲ ਸੈਕਟਰੀ ਪੰਜਾਬ ਫੈਡਰੇਸ਼ਨ ਡਿਪੂ ਹੋਲਡਰੇਸ਼ਨ, ਜ਼ਿਲ੍ਹਾ ਬਠਿੰਡਾ ਡਿਪੂ ਹੋਲਡਰੇਸ਼ਨ ਪ੍ਰਧਾਨ। ਅੱਜ ਦੀ ਮੀਟਿੰਗ ਕੀਤੀ ਹੈ ਕਿਸ ਮੀਟਿੰਗ ਤਾਂ ਤਕਰੀਬਨ ਸਾਡੀ ਜੀ 18 ਤਰੀਕ ਤੋਂ ਬਾਅਦ ਰੋਜ਼ ਹੀ ਮੀਟਿੰਗ ਹੋ ਰਹੀ ਹੈ, ਕਿਉਂਕਿ ਜਿਵੇਂ ਆਪ ਸਭ ਨੂੰ ਪਤਾ, ਸ਼ਹਿਰ ਵਾਸੀਆਂ ਨੂੰ ਵੀ ਪਤਾ ਕਿ ਬਠਿੰਡੇ ਦੇ ਵਿੱਚ ਗਲੀ ਨੰਬਰ 2 ਅਮਰਪੁਰਾ ਵਿੱਚ ਰਾਜਕੁਮਾਰ ਡਿਪੂ ਹੋਲਡਰ ਸਾਡਾ, ਉਹ 'ਤੇ ਜਿਹੜਾ ਕੁਛ ਅਨਸਰਾਂ ਨੇ ਜਿਹੜਾ ਹਮਲਾ ਕੀਤਾ ਸੀ, ਉਹ ਬੜਾ ਜਿਹੜੀ ਵੰਡ ਪ੍ਰਣਾਲੀ ਨੂੰ ਬੜੇ ਧਿਆਨ ਨਾਲ ਬੜਾ ਸ਼ਾਂਤੀਪੂਰਵਕ ਚਲਾ ਰਿਹਾ ਸੀਗਾ। ਜਿਹੜੀ ਨਿਗਰਾਨ ਕਮੇਟੀ ਬਣਾਈ ਹੋਈ ਹੈ ਆਮ ਆਦਮੀ ਪਾਰਟੀ ਦੀ, 6 ਮੈਂਬਰ ਸੀ, ਉਹਨਾਂ ਦੀ ਨਿਗਰਾਨੀ 'ਚੋਂ ਕਣਕ ਵੰਡ ਰਿਹਾ ਸੀਗਾ, ਪਰ ਉੱਥੇ ਕੁਝ ਇਹੋ ਜਿਹੇ ਗੁੰਡਾ ਅਨਸਰ ਵੀ ਕਹਿ ਸਕਦੇ ਹਾਂ ਕਿ ਉਹ ਆਏ ਔਰ ਉਹਨਾਂ ਨੇ ਉਹਦੇ ਨਾਲ ਧੱਕਾ ਮੁੱਕੀ ਕੀਤੀ, ਕਹਿੰਦੇ ਕਿ ਜਿੰਨੀ ਵੀ ਕਣਕ ਪਈ ਹੈ ਇਹਨੂੰ ਦੁਬਾਰਾ ਤੋੜੋ, ਜਾਂ ਜਿਸ ਤਰ੍ਹਾਂ ਮੈਂ ਕਹੂੰਗਾ ਉੱਦਾਂ ਕੰਮ ਚੱਲਣਾ ਚਾਹੀਦਾ। ਜਦੋਂ ਕਿ ਡਿਪੂ ਹੋਲਡਰਾਂ 'ਚ ਇਹ ਵੀ ਨਿਗਰਾਨ ਕਮੇਟੀ ਬੈਠੀ ਹੈ, ਅਸੀਂ ਉਹਨਾਂ ਦੀ ਨਿਗਰਾਨੀ 'ਚ ਕਣਕ ਵੰਡ ਰਹੇ ਹਾਂ, ਸੋ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਬਾਕੀ ਨਿਗਰਾਨ ਕਮੇਟੀ ਨੂੰ ਪੁੱਛ ਲਓ, ਨਿਗਰਾਨ ਕਮੇਟੀ ਨੇ ਕਿਹਾ ਵੀ ਅਸੀਂ ਆਪਦੀ ਨਿਗਰਾਨੀ 'ਚ ਕਣਕ ਵੰਡਾ ਰਹੇ ਹਾਂ, ਕਣਕ ਬੜੀ ਠੀਕ ਢੰਗ ਨਾਲ ਵੰਡੀ ਜਾ ਰਹੀ ਹੈ, ਇਹਦੇ 'ਚ ਕੋਈ ਤਰੁੱਟੀ ਨਹੀਂ ਹੈ। ਪਰ ਪਤਾ ਨਹੀਂ ਉਹ ਬੰਦੇ ਕਹਿੰਦੇ ਕਿ ਉਹ ਵੀ ਆਮ ਆਦਮੀ ਪਾਰਟੀ ਦੇ ਬੰਦੇ ਆਪਣੇ ਆਪ ਨੂੰ ਦੱਸਦੇ ਸੀਗੇ, ਅਤੇ ਉਹ ਕਹਿੰਦੇ ਸੀ ਵੀ ਇਹ ਜਿਹੜੇ ਬੈਠੇ ਹੈ ਨਿਗਰਾਨ ਕਮੇਟੀ ਵਾਲੇ, ਇਹ ਤਾਂ ਚੋਰ ਹੈ, ਅਸਲ ਆਮ ਆਦਮੀ ਪਾਰਟੀ ਦਾ ਜਿਹੜਾ ਮੈਂ ਹੈੱਡ ਹਾਂ ਅਤੇ ਮੇਰੇ ਤੋਂ ਬਿਨਾਂ ਪੁੱਛੇ ਕੋਈ ਕੰਮ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਹ ਕਈ ਵਾਰ 5 ਕਿਲੋ ਜਾਂ 10 ਕਿਲੋ ਦਾ ਵੱਟਾ ਲੈ ਕੇ ਕਈ ਡਿਪੂਆਂ 'ਤੇ ਜਾ ਕੇ ਕਹਿੰਦਾ ਇਹ ਕੰਡਿਆਂ 'ਤੇ ਰੱਖ ਕੇ ਵੀ ਇਹ ਤੋਲੋ, ਹਾਲਾਂਕਿ ਉਹ ਕੰਡਿਆਂ 'ਤੇ ਪੂਰੇ ਸੀ ਵੱਟੇ ਅਤੇ ਕੰਡੇ ਵੀ ਠੀਕ ਸੀ ਡਿਪੂ ਹੋਲਡਰ ਦੇ, ਪਰ ਅਸੀਂ ਕਹਿੰਦੇ ਵੀ ਉਸ ਨੂੰ ਇਹ ਜਿਹੜਾ ਅਧਿਕਾਰ ਕਿਸ ਬੰਦੇ ਨੇ ਦਿੱਤਾ, ਕਿਉਂਕਿ ਜੋ ਜੇ ਚੈਕਿੰਗ ਵੀ ਕਰਨੀ ਹੈ ਉਹ ਹੈ ਵੀ ਜਾਂ ਤਾਂ ਜਿਸ ਤਰ੍ਹਾਂ ਵੇਟ ਇੰਸਪੈਕਟਰ ਹੈ ਜਾਂ DFSC ਸਾਹਿਬ ਨੇ, ਉਹਨਾਂ ਰਾਹੀਂ ਸਾਡੇ ਡਿਪੂ ਹੋਲਡਰਾਂ ਦੀ ਚੈਕਿੰਗ ਕਰਾਈ ਜਾਵੇ, ਕੰਡੇ ਚੈੱਕ ਕਰੇ ਜਾਣ। ਅੱਜ ਦਾ ਪ੍ਰਧਾਨ ਜੀ ਕੀ ਮਾਮਲਾ, ਅੱਜ ਦਾ ਕੀ ਮਾਮਲਾ? ਉਹ ਤਾਂ ਅੱਜ ਜਿਹੜਾ ਅਸੀਂ ਮਾਮਲਾ ਹੈ ਕਿ ਅਸੀਂ ਜਿਹੜੀ ਦਰਖਾਸਤ ਦਿੱਤੀ ਸੀਗੀ ਵੀ ਉਸ ਬੰਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਖੱਲਾ ਲਪਾਇਆ ਸੀਗਾ, ਉਹਦੇ ਸੰਬੰਧ 'ਚ ਸਾਨੂੰ MLA ਸਾਹਿਬ ਨੇ ਵੀ ਬੁਲਾਇਆ ਸੀਗਾ ਕਿ ਕਣਕ ਤੁਸੀਂ ਵੰਡਣੀ ਬੰਦ ਕਿਉਂ ਕੀਤੀ ਹੋ ਗਿਆ। ਉਹਨਾਂ ਨੂੰ ਵੀ ਅਸੀਂ ਦੱਸਿਆ ਕਿ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਉਹਨੇ ਸਾਡੇ 'ਤੇ ਹਮਲਾ ਕੀਤਾ ਜੀ, ਉਸ ਦੇ ਵਿਰੋਧ 'ਚ ਅਸੀਂ ਜਿਹੜਾ ਇਹ ਕਣਕ ਦਾ ਜਿਹੜਾ ਵੰਡ ਬੰਦ ਕੀਤੀ। ਫਿਰ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਵੀ, ਪਰ ਉਹਨਾਂ ਨੇ MLA ਸਾਹਿਬ ਦੇ ਕਹਿਣ 'ਤੇ ਵੀ ਅਤੇ ਜਿਹੜੇ ਅੰਮ੍ਰਿਤ ਅਗਰਵਾਲ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਕਹਿਣ 'ਤੇ ਵੀ ਉਹ ਉੱਥੇ ਨਹੀਂ ਪਹੁੰਚੇ ਜਦੋਂ ਕਿ ਡਿਪੂ ਹੋਲਡਰ ਉੱਥੇ ਪਹੁੰਚੇ ਹੋਏ ਸੀ। ਅਸੀਂ MLA ਸਾਹਿਬ ਨੂੰ ਕਿਹਾ ਵੀ ਜੋ ਤੁਸੀਂ ਕਹੋਗੇ, ਜੋ ਤੁਸੀਂ ਫੈਸਲਾ ਦਿਓਗੇ ਅਸੀਂ ਉਹ ਮੰਨਣ ਨੂੰ ਤਿਆਰ ਹੋਵਾਂਗੇ, ਪਰ ਉਹਨਾਂ ਨੇ ਕਿਹਾ ਵੀ ਗਲਤੀ ਸਾਡੇ ਬੰਦਿਆਂ ਦੀ ਹੈ, ਅੱਗੇ ਤੋਂ ਅਸੀਂ ਉਹਦੀ ਕੋਈ ਸਿਫਾਰਿਸ਼ ਨਹੀਂ ਕਰਾਂਗੇ, ਤੁਸੀਂ ਆਪਦਾ ਕੰਮ ਕਾਰ ਕਰੋ। ਪਰ ਅਸੀਂ ਕਿਹਾ ਵੀ ਜਿੰਨਾ ਚਿਰ ਉਸ ਬੰਦੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਉਹ ਅਜੇ ਵੀ ਮਤਲਬ ਇਵੇਂ ਗੁੰਡਾ ਟਾਈਪ ਦੇ ਬੰਦੇ ਨੇ ਅਤੇ ਹੁਣ ਵੀ ਉਹ ਘੁੰਮ ਰਹੇ ਨੇ ਅਤੇ ਧਮਕੀਆਂ ਦੇ ਰਹੇ ਨੇ ਕਿ ਅਸੀਂ ਡਿਪੂ ਹੋਲਡਰਾਂ ਨੂੰ ਛੱਡਣਾ ਨਹੀਂ, ਇਸ ਬੰਦੇ ਨੂੰ ਤਾਂ ਬਖਸ਼ਣਾ ਹੀ ਹੈ। ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ? ਪੁਲਿਸ ਕੋਲ ਅਸੀਂ ਵਰਧਮਾਨ ਚੌਕੀ ਦੇ ਵਿੱਚ ਮਨਜੀਤ ਸਿੰਘ ਜਿਹੜੇ ASI ਨੇ ਉਹਨਾਂ ਕੋਲ ਗਏ ਸੀ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਵਾਈ ਹੋ ਗਈ। ਉਹ ਕਹਿੰਦੇ ਵੀ ਜੋ ਤੁਹਾਡੀ ਦਰਖਾਸਤ ਆਈ ਸੀਗੀ ਉਹ ਦੇ ਸੰਬੰਧ 'ਚ ਅਸੀਂ ਜਿਹੜਾ ਸਰਕਾਰੀ ਵਕੀਲ ਨੂੰ ਲਿਖ ਦਿੱਤਾ ਹੈ, ਜੋ ਧਾਰਾ ਉਹ ਲਾਉਣਗੇ ਕਾਨੂੰਨ ਮੁਤਾਬਕ ਉਸ 'ਤੇ ਕਾਰਵਾਈ। ਹੜਤਾਲ ਪ੍ਰਧਾਨ ਜੀ, ਇਹ ਬੇਵਕ ਨਜ਼ਰ ਚੱਲੂਗੀ? ਹੜਤਾਲ ਹੈ ਵੀ ਜਿੰਨਾ ਚਿਰ ਉਸ ਬੰਦੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਹੜਤਾਲ ਸਾਡੀ ਕੰਟੀਨਿਊ ਚੱਲਦੀ ਰਹੇਗੀ। ਠੀਕ ਹੈ। ਇਹ ਜਿਹੜਾ ਸਰਕਾਰ ਰੋਜ਼ ਨਵੇਂ ਤੋਂ ਨਵਾਂ ਫਰਮਾਨ ਜਾਰੀ ਕਰ ਦਿੰਦੀ ਹੈ, ਇਹ ਵੀ ਪਤਾ ਕਿ ਜਿਵੇਂ 2 ਅਕਤੂਬਰ ਤੋਂ ਕਣਕ ਜਿਹੜੀ ਹੈ ਬੰਦ ਕਰਕੇ ਅਤੇ ਸਰਕਾਰ ਜਿਹੜਾ ਰਾਸ਼ਨ ਜਿਹੜਾ ਹੈ ਉਹ ਆਟੇ ਦੇ ਰੂਪ ਵਿੱਚ ਦੇਣਾ ਚਾਹੁੰਦੀ ਹੈ ਆਮ ਜਨਤਾ ਨੂੰ, ਅਤੇ ਉਸ ਦੇ ਵਿੱਚੋਂ ਜਿਹੜਾ ਡਿਪੂ ਹੋਲਡਰਾਂ ਨੂੰ ਸਿਸਟਮ 'ਚੋਂ ਬਾਹਰ ਕੱਢਿਆ ਜਾ ਰਿਹਾ, ਇੱਕ ਪਾਸੇ ਸਿਸਟਮ 'ਚੋਂ ਬਾਹਰ ਕੱਢਿਆ ਜਾ ਰਿਹਾ, ਦੂਜੇ ਪਾਸੇ ਡਿਪੂ ਹੋਲਡਰਾਂ ਨੂੰ ਕਿਹਾ ਜਾ ਰਿਹਾ ਕਿ ਨਵੇਂ ਨਵੇਂ ਜਿਹੜੇ ਇਹ ਫਲੈਕਸ ਵਗੈਰਾ ਡਿਪੂ 'ਤੇ ਲਗਾਓ, ਰੇਟ ਬੋਰਡ, ਸਟਾਕ ਬੋਰਡ ਅਤੇ ਸ਼ਿਕਾਇਤ ਬਾਕਸ ਅਤੇ ਹੋਰ ਕਈ ਤਰ੍ਹਾਂ ਦੇ ਮਤਲਬ ਅਤੇ ਕੰਡੇ ਪਾਸ ਕਰਾਓ, ਵੀ ਇਹ ਨਵਾਂ ਜਿਹੜਾ ਫਰਮਾਨ ਸਰਕਾਰ ਵੱਲੋਂ ਪਹਿਲਾਂ ਵੀ ਸਾਡੇ ਲੱਗੇ ਹੋਏ ਸੀਗੇ ਜੀ, ਉਹ ਪਹਿਲਾਂ ਲੱਗੇ ਹੋਏ ਜੀ, ਅਸੀਂ ਕਿਹਾ ਵੀ ਸਾਡੇ ਕੋਲ ਪਹਿਲਾਂ ਹੀ ਸਟਾਕ ਬੋਰਡ ਲੱਗੇ ਨੇ, ਸ਼ਿਕਾਇਤ ਬਾਕਸ ਵੀ ਲੱਗੇ ਆ, ਸਾਰਾ ਕੁਝ ਚੱਲ ਰਿਹਾ ਪਹਿਲਾਂ,
पर नवी सरकार आई है वो ये तो वेखदी ने भी डिपो होल्डर का किन्ना खर्चा होना है ये घट्टो घट्ट 2 to 3 हज़ार रुपये खर्चा होगा कंडा पास कराने का भी बोर्ड नवे लाने का भी तो सरकार जे कराना चाहती है तो अपने पद्धर से सरकारी पद्धर से करा के सानू मुहैया करा खर्चा होगा कौन पे करेगा इसे चीज का विरोध है ना सरकार कह रही है कि तुम आपके पल्लो खर्च करो जदके सरकार का काम है सरकार सानू बनवा के बोर्ड वगैरह कराओगे कि नहीं कराओगे फिलहाल असं नहीं करावे।